की नाम है उनका? नवजोत। क्या नाम है? राम जी वाली। अच्छा, तुम्हारी टेस्टिमनी भी है? मेरी टेस्टिमनी पहला जो मेरे बेटे वास्ते, मेरा बेटा बहुत ज्यादा बीमार सी। हां जी, अकल बहुत है ज्यादातर लोगों को पता है ना, जिन्हें नहीं पता उन्होंने ज्यादा कोई गलत। हां जी, अकल बहुत है, समझ भी बहुत ज्यादा घट ही होना के नाल बहुत पर क्या ठीक है हुण। जिंदगी एदां दी हो गई एक बीमारी दे करके कि इन्हां नूं तुसीं वेखोगे इन्हां को पैसे भी है, पैसा भी है, पर घर नहीं बना सके। क्यों? एक एदां दी बीमारी आ गई, ऐदा दी प्रॉब्लम आ गई घर दे विच कि सारा ही पैसा उहदे ते, जिन्ना पैसा सारा उहदे ते। उहनां नूं इहनां दे बेटे नूं 1.5 साल दा, 1.5 साल दा जदों नूं दौड़े पैणे शुरू हो गए, इन्नी कंडीशन खराब हो गई कि उह जदों दौड़े पैंदे ही कदी किते हॉस्पिटल, कदी किते बहुत स्पैशल स्पैशल इहनां बुखा ले, पैसा भी बहुत लगदा। ਕਿੰਨੇ ਕੁ ਪੈਸੇ ਲੱਗੇ ਹੁੰਦੇ ਟੋਟਲ? ਬਹੁਤ ਜ਼ਿਆਦਾ ਲੱਗ ਗਿਆ, ਮਤਲਬ ਕਿ ਜਿਹੜੇ ਹਸਪੀਟਲ ਖੜਨਾ 20,000 ਦੇ ਕੇ ਨਿਕਲਦੇ, ਜਿਹੜੀ ਮੈਡੀਸਿਨ ਉਹ ਲਗਾਤਾਰ ਚੱਲਦੀ ਸੀ 20,000 ਐਡਮਿਟ ਕਰਨ ਦਾ, ਉਸ ਤੋਂ ਬਾਅਦ ਮੈਡੀਸਿਨ ਉਹ ਲਗਾਤਾਰ ਵੱਖਰੀ। ਕਹਿ ਲਓ ਕਿ ਉਹਨਾਂ ਦੀ ਉਮਰ ਹੋ ਗਈ ਹੈ ਕਿੰਨੇ ਸਾਲ? 13 ਸਾਲ ਹੋ ਗਏ। ਤੇ ਜੇ 1 ਸਾਲ ਵਿੱਚ 1,00,000 ਰੁਪਏ ਵੀ ਲੱਗਿਆ ਹੋਇਆ ਤੇ 12 ਲੱਖ ਤਾਂ ਲੱਗ ਹੀ ਗਏ। ਉਹ ਬਿਮਾਰੀ ਦੇ ਕਰਕੇ ਘਰ ਦੇ ਵਿੱਚ ਇੰਨੀ ਪ੍ਰੋਬਲਮ ਹੀ ਕਿ ਕੁਛ ਸਭ ਜਦੋਂ ਦੌੜੇ ਪੈਣੇ ਸ਼ੁਰੂ ਹੋਏ ਨੇ, ਸਭ ਨੇ ਖਾਣਾ ਪੀਣਾ ਉੱਥੇ ਛੱਡ ਦੇਣਾ, ਉਹਦੇ ਉਹਦੇ ਐ ਦੁਆਲੇ ਉਹਦੇ ਉਹਨੂੰ ਕੇਅਰ ਕਰਨੀ ਸ਼ੁਰੂ ਕਰ ਦੇਣਾ, ਦੇਖਣਾ ਸ਼ੁਰੂ ਕਰ ਦੇਣਾ। ਪਰਮੇਸ਼ਵਰ ਹੀ ਚੰਗਾ ਕਰਦਾ ਹੈ। ਪਰ ਹੁਣ ਪਰਮੇਸ਼ਵਰ ਉੱਤੇ ਅਨੁਗ੍ਰਹਿ ਕੀਤਾ ਹੈ, ਉਹ ਇਸ ਟਾਈਮ ਬਿਲਕੁਲ ਠੀਕ ਹੈ, ਕੋਈ ਪ੍ਰੋਬਲਮ ਨਹੀਂ ਆਪਣੀ। ਹਾਲੇਲੂਇਆ। ਇਹਨਾਂ ਨੇ ਇੱਥੋਂ ਤੱਕ ਵੀ ਉਹਨੂੰ ਵਿਖਾਇਆ ਹੈ ਕਿ ਰਾਜਸਥਾਨ 'ਚ ਕੋਈ ਕੀੜਾ ਕੱਢਦਾ ਨੱਕ 'ਚੋਂ, ਦਿਮਾਗ 'ਚੋਂ ਕੱਢਦਾ ਨਾ, ਏਦਾਂ ਉੱਥੇ ਵੀ ਗਏ ਸਪੈਸ਼ਲ ਗੱਡੀ ਕਰਾ ਕੇ, ਪਰ ਕੁਛ ਫਰਕ ਨਹੀਂ ਪਿਆ। ਜੋ ਚਰਚ ਹੈ ਪ੍ਰਾਰਥਨਾ ਕੀਤੀ, ਹੁਣ ਇਹਨਾਂ ਦਾ ਬੇਟਾ ਬਿਲਕੁਲ ਠੀਕ ਹੈ। ਠੀਕ ਹੈ, ਬਿਲਕੁਲ ਠੀਕ ਹੈ। ਦੂਸਰੀ ਪ੍ਰੋਬਲਮ ਇਹਨਾਂ ਨੇ ਇਹ ਕਿ ਇਹਨਾਂ ਦੇ ਕੰਧਿਆਂ ਤੇ ਹਮੇਸ਼ਾ ਭਾਰ ਰਹਿੰਦਾ ਸੀ, ਦਰਦ ਰਹਿੰਦੀ ਸੀ, ਜਿਹਨੂੰ ਸਰਵਾਈਕਲ ਕਰਦੇ ਸੀ। ਤੋ ਪਿਛਲੇ ਵਾਲੀ ਪਿਛਲੇ ਸੰਦੇਸ਼ ਆਈ ਤੇ ਪ੍ਰੋਫੈਸੀ ਹੋਈ, ਇਹਨਾਂ ਦੇ ਪ੍ਰਾਰਥਨਾ ਵੀ ਹੋਈ। ਜਦੋਂ ਪ੍ਰਾਰਥਨਾ ਕੀਤੀ ਗਈ ਹੁਣ ਕਿਹਨਾਂ ਟਾਈਮ